ਖੋਸਾ ਕਰਦਾ ਪਿਆ ਇਸ ਟਾਈਮ ਠੀਕ ਆ ਤੇ ਇਦਾਂ ਹੀ ਜਿਹੜਾ ਵਾ ਇਹ ਪਹਿਲਾਂ ਵੀ ਕਰਦੇ ਆ ਰਹੇ ਤੇ ਅੱਗੇ ਵੀ ਕਰਨਗੇ ਕਿਉਂਕਿ ਇਹ ਟਾਟ ਆ ਠੀਕ ਆ ਇਹ ਟਾਟ ਪ੍ਰੂਫ ਹੋ ਚੁੱਕੇ ਟਾਟ ਆਏ ਇਹ ਨਹੀਂ ਕੋਈ ਓਦਾਂ ਕਿਹਾ ਜਾਂਦਾ ਬਾਕੀ ਧੰਨਵਾਦ ਸਾਰੀ ਸੰਗਤ ਦਾ ਤੁਸੀਂ ਬੜਾ ਮਾਨ ਸਤਕਾਰ ਦਿੱਤਾ ਸੱਚ ਨਾਲ ਖੜੇ ਹਾਂ ਠੀਕ ਆ ਕਿਉਂਕਿ ਮੈਂ ਤੁਹਾਡੇ ਕਮੈਂਟਸ ਪੜੇ ਸੀਗੇ ਸਾਰੀ ਸੰਗਤ ਦੇ ਬਈ ਨਜ਼ਾਰਾ ਆ ਗਿਆ ਜਿਹੜੀ ਤੁਸੀਂ ਸੇਵਾ ਕੀਤੀ ਕਮੈਂਟਾਂ ਦੇ ਵਿੱਚ ਇਹਨਾਂ ਦੀ ਬਹੁਤ ਬਹੁਤ ਧੰਨਵਾਦ ਬਾਕੀ ਗੁਰੂ ਸਾਹਿਬ ਦੀ ਕਿਰਪਾ ਰਵੇ ਇਦਾਂ ਹੀ ਸਾਰੀ ਕੌਮ ਦੇ ਉੱਪਰ ਪੰਥ ਦੇ ਉੱਪਰ ਤੇ ਅਸੀਂ ਆਪਣੇ ਕੌਮੀ ਘਰ ਵੱਲ ਖਾਲਿਸਤਾਨ ਵੱਲ ਵਧੀਏ ਤੇ ਆਪਣਾ ਦੇਸ਼ ਜਿਹੜਾ ਉਹ ਪ੍ਰਾਪਤ ਕਰੀਏ ਤਾਂ ਸਾਡਾ ਫੇਰ ਹੀ ਕੁਝ ਹੱਲ ਹੋ ਸਕਦਾ ਨਹੀਂ ਤੇ ਇਹੋ ਜਿਹੇ ਗद्दार ਜਿਹੜੇ ਆ ਉਹ ਆਹੀ ਕੁਝ ਕਰਦੇ ਰਹਿਣਗੇ ਚੜਦੀ ਕਲਾ ਸਿੰਘਾ ਮਿਲਦੇ ਆਪਾਂ ਫਿਰ ਕੱਲ ਨੂੰ ਲਾਈਵ ਦੇ ਵਿੱਚ ਤੇ ਆ ਗਿਆ ਬਖਸ਼ੋ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬistan ਜਿੰਦਾਬਾਦ ਤੇ ਜੋ ਇੱਕ ਕਰਤੂਤ ਜਿਹੜੀ ਆ ਖੋਸੇ ਹੋਣਾ ਵੱਲੋਂ ਕੀਤੀ ਗਈ ਆ ਮੈਂ ਅੱਗੇ ਪੋਸਟ 'ਚ ਵੀ ਤੁਹਾਨੂੰ ਦੱਸਿਆ ਸੀਗਾ ਕਿ ਇਹਨਾਂ ਨੇ ਕੀ ਕੀਤਾ ਜਦੋਂ ਇਹਨਾਂ ਦੀ ਸਰਵਿਸ ਹੋਈ ਤਾਂ ਇਹਨਾਂ ਨੇ ਕੱਲ ਅ ਸੀਐਸ ਸਟਾਫ ਦੇ ਵਿੱਚ ਜਿਹੜਾ ਦੀ ਮੇਰਾ ਨਾਮ ਦਿੱਤਾ ਉਥੇ ਤੇ ਉਸ ਕੇਸ ਦੇ ਵਿੱਚ ਤੇ ਮੇਰੇ ਘਰਦਿਆਂ ਨੂੰ ਜਿਹੜੀਆਂ ਵਾ ਉਹ ਕਾਲਾਂ ਕਰਾਈਆਂ ਗਈਆਂ ਤੇ ਮੈਂ ਖੋਸਿਆ ਤੈਨੂੰ ਇਹ ਦੱਸ ਦੇਣਾ ਚਾਹੁੰਦਾ ਪੁੱਤਰਾ ਖਾਲਸਾਣ ਦੀ ਗੱਲ ਕਰਦਿਆਂ ਨੂੰ 8 ਸਾਲ ਹੋ ਗਏ ਸਾਨੂੰ 8 ਸਾਲ ਠੀਕ ਆ ਖੋਸਿਆ ਤੇਰੀ ਇਹ ਹਿੰਦੂਸਤਾਨ ਗਵਰਨਮੈਂਟ ਜਿਹੜੀ ਹੈ ਨਾ ਉਹ ਨਹੀਂ ਸਾਨੂੰ ਰੋਕ ਪਾਈ ਅਜੇ ਤੱਕ ਉਹ ਨਹੀਂ ਸਾਨੂੰ ਨੱਪ ਪਾਈ ਅਜੇ ਤੱਕ ਤੇ ਤੂੰ ਤਾਂ ਕੋਈ ਚੀਜ਼ ਹੀ ਨਹੀਂ ਹੈਗਾ ਵੀ ਜਾਂ ਸਾਨੂੰ ਇੰਨਾਂ ਚੀਜ਼ਾਂ ਤੋਂ ਸਾਨੂੰ ਕੋਈ ਡਰ ਆਉਂਦਾ ਹੋਊਗਾ ਇਹ ਭੁੱਲ ਜਾ ਠੀਕ ਆ ਬੜਾ ਕੁਝ ਦੇਖਿਆ ਅਸੀਂ ਬੜਾ ਕੁਝ ਚੱਲਿਆ ਤੇ ਗਾਂ ਵੀ ਚੱਲਣ ਨੂੰ ਤਿਆਰ ਆ ਗੁਰੂ ਸਾਹਿਬ ਦੀ ਇੰਨੀ ਕਿਉਂ ਕਿਰਪਾ ਮੈਂ ਕੁਝ ਨਹੀਂ ਜੇ ਤੂੰ ਸੋਚੇਗਾ ਵੀ ਉੱਥੇ ਪਰਿਵਾਰ ਨੂੰ ਤੰਗ ਕਰਾਇਆ ਜਾਊ ਤੇ ਇਹ ਚੁੱਪ ਕਰਕੇ ਬਹਿ ਜਾਣਗੇ ਕਦੀ ਵੀ ਨਹੀਂ ਬਾਈ ਇਹ ਦਿਮਾਗ 'ਚ ਵੀ ਨਾ ਲੈ ਕੇ ਐਂ ਗੱਲ ਠੀਕ ਆ ਜਿਹੜੀ ਤੂੰ ਕਰਤੂਤ ਕੱਲ ਕੀਤੀ ਆ ਕਿਉਂਕਿ ਜਵਾਬ ਤੁਹਾਨੂੰ ਆਉਂਦਾ ਨਹੀਂ ਜਵਾਬ ਤੁਹਾਨੂੰ ਆਇਆ ਨਹੀਂ ਬਾਅਦ ਚ ਤੁਸੀਂ ਆ ਹਰਕਤਾਂ ਕਰਦੇ ਹੋ ਤੇ ਮੈਨੂੰ ਕੋਈ ਅਸਰ ਨਹੀਂ ਆ ਮੈਂ ਇੱਕ ਵੀ ਪੋਸਟ ਨਹੀਂ ਪਾਈ ਉਸ ਚੀਜ਼ ਤੇ ਵੀ ਜਿਹੜੀ ਤੁਸੀਂ ਆ ਕੱਲ ਕਰਤੂਤ ਕੀਤੀ ਆ ਪਰ ਸੰਗਤ ਨੂੰ ਮੈਂ ਦੱਸ ਰਿਹਾ ਇਹ ਗੱਲ ਕਿ ਇਹ ਆ ਜਿਹੜੀਆਂ ਹਰਕਤਾਂ ਤੇ ਆ ਜਾਂਦੇ ਤੇ ਦੂਜੀ ਗੱਲ ਤੂੰ ਸਾਬਤ ਕਰ ਦਿੱਤਾ ਇਸ ਗੱਲ ਦਾ ਵੀ ਤੂੰ ਸਰਕਾਰੀ ਟਾਟ ਆ ਤੂੰ ਆਪ ਸਾਬਤ ਕੀਤਾ ਇਸ ਗੱਲ ਨੂੰ ਕਿ ਤੂੰ ਸਰਕਾਰੀ ਟੌਟਾਂ ਖੋਸੇ ਤੂੰ ਜਿਹੜੇ ਨੌਜਵਾਨ ਜਿਹੜੇ ਆ ਜਦੋਂ ਤੁਹਾਨੂੰ ਕੁਐਸਚਨ ਕਰਦੇ ਆ ਸਵਾਲ ਕਰਦੇ ਆ ਅੱਗੋਂ ਤੁਸੀਂ ਉਹਨਾਂ ਨੂੰ ਗਾਲਾਂ ਕੱਢਦੇ ਆ ਜਾਂ ਅੱਗੋਂ ਇਹ ਗੱਲ ਕਹਿੰਨੇ ਆ ਕਿ ਤੂੰ ਕੌਣ ਹੁੰਨਾ ਵਾ ਗੱਲ ਕਰਨ ਵਾਲਾ ਤੂੰ ਕੌਣ ਹੁੰਨਾ ਮੈਨੂੰ ਸਵਾਲ ਪੁੱਛਣ ਵਾਲਾ ਠੀਕ ਆ ਤੁਹਾਡੀ ਇਹ ਸ਼ਬਦਾਵਲੀ ਹੁੰਦੀ ਆ ਕਿਉਂਕਿ ਤੁਸੀਂ ਸਿਰਫ ਭੌਂਕਣਾ ਸਿੱਖਿਆ ਤੁਸੀਂ ਸਿਰਫ ਭੌਂਕਣਾ ਸਿੱਖਿਆ ਤੁਸੀਂ ਇਹ ਨਹੀਂ ਦੇਖਣਾ ਕਿਹੜੀ ਸਟੇਜ ਆ ਕਿੱਥੇ ਮੈਂ ਗਿਆ ਹੋਇਆ ਤੁਸੀਂ ਆਪਣੇ ਘੋੜੇ ਜਿਹੜੇ ਉਹ ਦੜਾਉਣੇ ਹੁੰਦੇ ਆ ਫਲਾਣਾ ਗਦਾਰ ਟਮਕਾਣਾ ਗਦਾਰ ਆ ਉਹ ਗਦਾਰ ਜੋ ਗਰਦਾਰ ਬਸ ਆਹੀ ਚੀਜ਼ਾਂ ਕਦੀ ਕੌਮ ਦੀ ਗੱਲ ਕੀਤੀ ਤੁਸੀਂ ਕਦੀ ਨਹੀਂ ਖਾਲਿਸਤਾਨ ਵਿਰੋਧੀ ਤੁਸੀਂ ਠੀਕ ਆ ਸੈਫੋਰ ਜਸਟਿਸ ਦੇ ਵਿਰੋਧੀ ਤੁਸੀਂ ਅਮਰਤਪਾਲ ਸਿੰਘ ਦੇ ਵਿਰੋਧੀ ਤੁਸੀਂ ਖਾਲਸਾ ਰਾਜ ਦੇ ਵਿਰੋਧੀ ਤੁਸੀਂ ਤਾਂ ਫਿਰ ਤੁਸੀਂ ਕਰਨਾ ਕੀ ਚਾਹੁੰਦੇ ਆ ਕਿਹੜੇ ਪਾਸੋਂ ਸਿੱਖ ਗਈ ਜਾਨੇ ਆਪਣੇ ਆਪ ਨੂੰ ਦੋ ਕੁ ਟੁੱਟੀਆਂ ਜੀਆਂ ਗੱਲਾਂ ਚੱਕ ਕੇ ਕਿਸੇ ਦੇ ਉੱਪਰ ਵੀ ਇਲਜ਼ਾਮ ਲਾ ਦੇਣਾ ਜੀ ਫਲਾਣੇ ਨੇ ਕਤਲ ਕੀਤਾ ਆਪਣੇ ਮੂੰਹੋਂ ਹੀ ਗੱਲਾਂ ਕਹਿ ਦੇਵੀਆਂ ਹੁਣ ਜਾ ਕੇ ਕੋਈ ਮੈਂ ਜਾ ਕੇ ਕਿਸੇ ਨੂੰ ਕਹਿ ਦਵਾਂ ਉਦਾਂ ਹੀ ਆਜ ਫਲਾਣਾ ਜੀ ਇਹਨੇ ਇਹਨੇ ਕਤਲ ਕੀਤਾ ਇਹ ਇਦਾਂ ਕੀ ਕਤਲ ਹੋ ਜਾਂਦਾ ਸੋ ਤੁਹਾਡੀਆਂ ਕੁੱਤਿਆਂ ਵਾਲੀਆਂ ਹਰਕਤਾਂ ਕੁਝ ਭੈਣ ਭਰਾ ਕਹਿੰਦੇ ਸੀ ਵੀ ਇਹ ਆਪਸੀ ਭਰਾ ਮਾਰੂ ਜੰਗ ਮੈਂ ਉਹਨਾਂ ਨੂੰ ਕਹਿ ਦੇਣਾ ਚਾਹੁੰਦਾ ਕੋਈ ਭਰਾ ਮਾਰੂ ਜੰਗ ਨਹੀਂ ਇਹ ਸਾਡੇ ਹੈ ਹੀ ਨਹੀਂ ਇਹ ਸਾਡੇ ਭਰਾ ਹੀ ਨਹੀਂਗੇ ਹੈ ਨਹੀਂ ਗਏ ਨੇ ਜੋ ਕੇ ਜਾਂ ਤਾਂ ਇਹ ਇਹ ਕਰਤੂਤਾ ਕਰਨਗੇ ਬਾਅਦ ਚ ਜਾਂ ਤਾਂ ਕੇਸ ਕਰਾਉਣਗੇ ਹੁਣ ਕੇਸ ਕਰਾ ਕੇ ਤੁਸੀਂ ਇਸ ਚੀਜ਼ ਦਾ ਕਰਕੇ ਸਾਬਤ ਕਰ ਦਿੱਤਾ ਤੁਸੀਂ ਤੁਸੀਂ ਸਰਕਾਰੀ ਟਾਊਟ ਆ ਤੇ ਤੁਹਾਡੀ ਉੱਥੇ ਸੁਣੀ ਵੀ ਜਾਂਦੀ ਆ ਤੁਸੀਂ ਸਾਬਤ ਕੀਤਾ ਇਸ ਚੀਜ਼ ਦੇ ਉੱਪਰ ਚਲੋ ਮੈਨੂੰ ਪਰਵਾਹ ਨਹੀਂ ਮੇਰੇ ਤੇ ਤਾਂ ਪਹਿਲਾਂ ਤੇ ਹੈਗੇ ਆ ਸੋ ਜਿੰਨੇ ਜੋ ਮੇਰਾ ਕਰਨਾ ਕਰ ਲਵੇ ਆਈ ਡੋਨਟ ਕੇਅਰ ਬ੍ਰੋ ਨਾ ਮੈਂ ਇਸ ਗੱਲੋਂ ਡਰਦਾ ਮੇਰੇ ਪਰਿਵਾਰ ਨਾਲ ਕੋਈ ਕੀ ਕਰੂਗਾ ਠੀਕ ਆ ਐਦਾਂ ਦੀ ਟੈਨਸ਼ਨ ਹੈ ਹੀ ਨਹੀਂ ਗੁਰੂ ਪਾਤਸ਼ਾਹ ਦੀ ਮੇਰਾ ਜਿਸ ਦਿਨ ਪਹਿਲੇ ਦਿਨ ਤੁਰੇ ਸੀ ਨਾ ਗੱਲ ਕਰਨ ਸਭ ਕੁਝ ਡਿਸਾਈਡ ਕਰਕੇ ਸਾਰਾ ਕੁਝ ਦੇਖ ਕੇ ਤੁਰੇ ਸੀ ਵੀ ਆ ਅਰਚਨਾ ਆਉਣੀ ਜਾਂ ਰਾਹ ਦੇ ਵਿੱਚ ਠੀਕ ਆ ਇਹ ਸਾਰਾ ਕੁਝ ਤੈਅ ਕਰਕੇ ਤੁਰੇ ਸੀ ਤੇ ਨਾ ਗੁਰੂ ਸਾਹਿਬ ਨੇ ਅਜੇ ਤੱਕ ਡੋਲਣ ਦਿੱਤਾ ਪਰ ਤੁਸੀਂ ਤੁਸੀਂ ਜਿਹੜਾ ਗੰਦ ਪਾਇਆ ਹੋਇਆ ਇਹ ਦੱਸੋ ਵੀ ਕਿਹੜਾ ਨੌਜਵਾਨ ਆਇਆ ਤੇ ਤੁਸੀਂ ਉਹਦਾ ਵਿਰੋਧ ਨਹੀਂ ਕੀਤਾ ਇਹ ਦੱਸ ਦਿਓ ਹੁਣ ਤੁਸੀਂ ਜਿਹੜਾ ਵਾ ਅਮਰਿਤਪਾਲ ਸਿੰਘ ਦੇ ਉੱਪਰ ਜਿਹੜਾ ਆ ਕੇਸ ਬਣਾ ਰਹੇ ਹੋ ਕਤਲ ਦਾ ਕੇਸ ਜਿਹੜਾ ਪਾ ਰਹੇ ਹੋ ਤੁਸੀਂ ਤਾਂ ਉਹਦੇ ਪਹਿਲਾਂ ਤੋਂ ਹੀ ਵਿਰੋਧੀ ਆ ਤੁਸੀਂ ਕੋਈ ਨਵੀਂ ਚੀਜ਼ ਥੋੜਾ ਕਰਦੇ ਪਏ ਆ ਤੁਹਾਡੇ ਲਈ ਕੋਈ ਨਵੀਂ ਚੀਜ਼ ਥੋੜਾ ਵਾ ਤੁਸੀਂ ਤਾਂ ਹਰੇਕ ਦਾ ਵਿਰੋਧ ਕੀਤਾ ਉਹ ਹੁਣ ਤਲਵਾੜਾ ਕਵਾੜੀਆ ਜਿਹੜਾ ਵਾ ਇਰੇ ਕੋਲ ਇੱਕੋ ਗੱਲ ਹੁੰਦੀ ਟੁੱਟੀ ਜੀ ਹਾਏ ਦੀਪ ਸਿੱਧੂ ਨੇ ਬਲਾਕ ਕੀਤਾ ਸੀ ਹਾਏ ਦੀਪ ਸਿੱਧੂ ਨੇ ਬਲਾਕ ਕੀਤਾ ਸੀ ਹਾਏ ਦੀਪ ਸਿੱਧੂ ਨੇ ਬਲਾਕ ਕੀਤਾ ਲੈ ਗਿਆ ਹੱਦ ਹੋ ਗਈ ਤੇਰੇ ਕਵਾੜੀਆ ਇੱਕੋ ਹੀ ਗੱਲ ਆਉਂਦੀ ਤੈਨੂੰ ਨਾ ਤੇਰੇ ਕੋਲ ਪ੍ਰੂਫ ਕੋਈ ਇਸ ਗੱਲ ਦਾ ਬਲਾਕ ਕੀਤਾ ਸੀਗਾ ਮੰਨ ਲਓ ਤੁਹਾਡੇ ਕਹਿਣ ਦੇ ਮੰਨ ਲਓ ਜਿੱਦਾਂ ਤੁਸੀਂ ਕਹਿੰਦੇ ਬਲਾਕ ਕੀਤਾ ਹੋਊਗਾ ਠੀਕ ਆ ਸਿਕਿਉਰਿਟੀ ਰੀਜ਼ਨ ਹੁੰਦੇ ਆ ਕਈ ਦੀ ਬਾਈ ਬੜਿਆਂ ਨੂੰ ਬਲੌਕ ਕਰਦਾ ਹੁੰਦਾ ਸੀਗਾ ਤੇ ਬਾਅਦ ਚ ਫਿਰ ਜਿਹੜਾ ਅਨਬਲੌਕ ਕਰ ਦਿੰਦਾ ਹੁੰਦਾ ਸੀਗਾ ਹੁਣ ਤੁਹਾਡੇ ਖੋਤਿਆਂ ਤੋਂ ਪੁੱਛ ਕੀ ਕਰਨਾ ਸੀ ਸਾਰਾ ਕੁਝ ਨਾ ਤੁਹਾਨੂੰ ਭੋਰਾ ਵੀ ਅਕਲ ਤੁਸੀਂ ਤੁਸੀਂ ਜਦੋਂ ਵੀ ਜਿਹੜਾ ਪਾਇਆ ਨਾ ਵਿਗਾੜ ਹੀ ਪਾਇਆ ਕੌਮ ਦੇ ਵਿੱਚ ਤੁਸੀਂ ਕਦੀ ਵੀ ਇੱਕ ਹੋਣ ਦੀ ਗੱਲ ਨਹੀਂ ਕੀਤੀ ਤੁਹਾਨੂੰ ਪ੍ਰਧਾਨਗੀਆਂ ਆਉਂਦੀਆਂ ਵੀ ਸਾਨੂੰ ਪ੍ਰਧਾਨਗੀਆਂ ਕਾਤੋਂ ਨਹੀਂ ਯਾਰ ਜਿਹਦੇ ਚ ਕਾਬਲੀਅਤ ਹੈਗੀ ਐ ਲੈ ਲੋ ਤੁਸੀਂ ਕਰ ਲੈਂਦੇ ਕੌਮ ਨੇ ਤੁਹਾਨੂੰ ਅੱਖਾਂ ਤੇ ਚੱਕ ਲੈਣਾ ਸੀ ਹੱਥਾਂ ਤੇ ਚੱਕ ਲੈਣਾ ਸੀ ਹੁਣ 2 ਸਾਲ ਹੋ ਗਏ ਆ ਉਹ ਅੰਦਰ ਆ ਤੇ ਹੁਣ 2 ਸਾਲ ਹੋ ਗਏ ਤੁਸੀਂ ਮੋਰਚਾ ਸੰਭਾਲ ਲੈਂਦੇ ਬਈ ਕੱਢੋ ਵਹੀਰਾ ਸੰਗਤ ਨੇ ਤੁਹਾਡੇ ਨਾਲ ਤੁਰ ਪੈਣਾ ਸੀ ਪਰ ਕਰਨਾ ਕੁਝ ਨਹੀਂ ਨਾ ਲੱਤਾਂ ਖਿੱਚਣੀਆਂ ਕੁਝ ਨਹੀਂ ਕਰਨਾ ਤੁਸੀਂ 2 ਸਾਲ ਹੋ ਗਏ ਆ ਜਾਂ ਭਾਈ ਅਮਰਿਤਪਾਲ ਦੇ ਆਉਣ ਤੋਂ ਪਹਿਲਾਂ ਵੀ ਤੁਸੀਂ ਇੱਥੇ ਸੀ ਨਾ ਪੰਜਾਬ ਦੀ ਧਰਤੀ ਤੇ ਸੀ ਨਾ ਕਰ ਸਕਦੇ ਸੀ ਤੁਸੀਂ ਨਹੀਂ ਕਰ ਲਿਆ ਕੁਝ ਜਾ ਪਾਠੀ ਸਿੰਘ ਕੋਟਲੇ ਤੁਸੀਂ ਆਹ ਕੰਮ ਆ ਤੁਹਾਡੇ ਕੋ ਦੋ ਚਾਰ ਸੰਭਾਲ ਲਓ ਮੋਰਚਾ ਫਿਰ ਭਾਈ ਮੈਦਾਨ ਖਾਲੀ ਪਿਆ ਤੁਹਾਡੇ ਲਈ ਕੱਢੋ ਬਹੀਰਾ ਕੌਮ ਨੂੰ ਜੋੜੋ ਨਸ਼ੇ ਛਡਾਓ ਗੁਰੂ ਵਾਲੇ ਬਣਾਓ ਤੁਹਾਡੀ ਕੋਈ ਬਾਹ ਥੋੜਾ ਫੜਦਾ ਪਿਆ ਵੀ ਤੁਸੀਂ ਆਹ ਕੰਮ ਨਹੀਂ ਕਰਨਾ ਹਾਂਜੀ ਸਸਤਾ ਬਾਈ ਜੀ ਉਹ ਵੀ ਕਰਾਂਗੇ ਸਾਰੇ ਖਲਾਸੇ ਠੀਕ ਆ ਤੁਹਾਡੀ ਕਿਸੇ ਨੇ ਬਾਹ ਨਹੀਂ ਫੜੀ ਹੁਣ ਜਿੰਨੀ ਇੱਥੇ ਸੰਗਤ ਬੈਠੀ ਆ ਮੈਨੂੰ ਇਹ ਦੱਸਿਓ ਕਿ ਇਹਨਾਂ ਨੂੰ ਕਿਸੇ ਨੇ ਇਹ ਗੱਲ ਕਹੀ ਆ ਵੀ ਤੂੰ ਕੌਮ ਦੀ ਗੱਲ ਨਾ ਕਰ ਠੀਕ ਆ ਚਲੋ ਮੰਨ ਲਓ ਮੈਨੂੰ ਪਤਾ ਤੁਹਾਡੀਆਂ ਲੱਤਾਂ ਨਹੀਂ ਭਾਰ ਚੱਲਦੀਆਂ ਤੁਸੀਂ ਖਾਲਸਾਣ ਦੀ ਗੱਲ ਨਹੀਂ ਕਰ ਸਕਦੇ ਤੁਹਾਡੀਆਂ ਹੈ ਨਹੀਂ ਦਮ ਤੁਹਾਡੇ ਪੱਟਾਂ ਦੇ ਵਿੱਚ ਇਹਨਾਂ ਹਨਾ ਤੁਸੀਂ ਉਦਾਂ ਹੀ ਕੌਮ ਦੀ ਗੱਲ ਕਰਲੋ ਕਿੰਨੇ ਰੋਕਿਆ ਤੁਹਾਨੂੰ ਪਰ ਨਹੀਂ ਨਫ਼ਰਤ ਕਰਨੀ ਇੱਕ ਬੰਦੇ ਤੋਂ ਵੀ ਇਹ ਇਹ ਕਿੱਦਾਂ ਆ ਗਿਆ ਅੱਗੋਂ ਕਹਿਣਗੇ ਕੱਲ ਦਾ ਜਵਾਕ ਆ ਗਿਆ ਨਹੀਂ ਤੁਸੀਂ 50 ਸਾਲਾਂ ਦੇ ਜੰਮੇ ਸੀ ਮਾਂ ਦੇ ਪੇਟ 'ਚੋਂ ਜਾਂ ਤੁਸੀਂ 40 ਸਾਲ ਦੇ ਜੰਮੇ ਸੀ ਮਾਂ ਦੇ ਪੇਟ 'ਚ ਵੀ ਅਸੀਂ ਜੇ ਕੱਲ ਦੇ ਜਵਾਕ ਆ ਕਿ ਕਿੱਦਾਂ ਤੇ ਲੋਜਿਕ ਆ ਯਾਰ ਤੁਹਾਡੇ ਕੋਲ ਹੁਣ ਤਲਵਾੜਾ ਅੱਜ ਇੱਕ ਲਾਈਵ ਤੇ ਜਾ ਰਿਹਾ ਜਿਨ੍ਹਾਂ ਨੇ ਸਭ ਤੋਂ ਵੱਧ ਸਭ ਤੋਂ ਵੱਧ ਸਭ ਤੋਂ ਵੱਧ ਕੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਾਈ ਮੁਸਲਮਾਨਾਂ ਦੇ ਨਾਲ ਆ ਪੰਗਾ ਲੈ ਕੇ ਠੀਕ ਆ ਮੈਂ ਇੱਕ ਗੱਲ ਕਹਿਣਾ ਚਾਹਣਾ ਅਸੀਂ ਪ੍ਰੂਫ ਕਰ ਦੇਣਾ ਅਸੀਂ ਪ੍ਰੂਫ ਕਰ ਦੇਣਾ ਤੂੰ ਲਾਈਵ ਤੇ ਜਾ ਉਹਨਾਂ ਦੇ ਅਸੀਂ ਪ੍ਰੂਫ ਕਰ ਦੇਣਾ ਇਹਨਾਂ ਨੇ ਬੇਅਦਬੀਆਂ ਕਰਾਈਆਂ ਤੇ ਬਾਅਦ ਦੇ ਵਿੱਚ ਤਲਵਾੜਿਆ ਮਾਫੀ ਮੰਗੇਗਾ ਪੰਥ ਦੇ ਕੋਲੋਂ ਤੂੰ ਜਿਨ੍ਹਾਂ ਦੀ ਲਾਈਵ ਤੇ ਤੂੰ ਗਿਆ ਮਾਫੀ ਮੰਗਣੀ ਪੈਣੀ ਆ ਠੀਕ ਆ ਤੂੰ ਜਿੰਨਾਂ ਦੇ ਅੱਜ ਲਾਈਵ ਤੇ ਜਾ ਰਿਹਾ ਨਾ ਉਹਨਾਂ ਨੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਕਰਾਈਆਂ ਤੇ ਤੈਨੂੰ ਮਾਫੀ ਮੰਗਣੀ ਪੈਣੀ ਬਾਅਦ ਚ ਇੱਥੇ ਜੇ ਸਾਬਤ ਅਸੀਂ ਕਰ ਦਿੱਤਾ ਤੇ ਸਾਡੇ ਕੋਲ ਪ੍ਰੂਫ ਪਏ ਆ ਇੱਥੇ ਕੱਲਾ ਕੱਲਾ ਜਿਹੜੇ ਖਾਸ ਤੌਰ ਤੇ ਟਿਕਟੋਕ ਦੇ ਉੱਪਰ ਆ ਸੰਗਤ ਉਹਨੂੰ ਕੱਲੇ ਕੱਲੇ ਨੂੰ ਪਤਾ ਕਿਸੇ ਮੁਸਲਮਾਨ ਦੇ ਮੂੰਹੋਂ ਵੀ ਇਹ ਸੁਣ ਲਿਓ ਵੀ ਤੁਹਾਡੇ ਧਰਮ ਦੀ ਬੇਅਦਬੀ ਕੀਤੀ ਕਿਹਨੇ ਕੀਤੀ ਸਿੰਘ ਗਿੱਲ ਸਖਵੰਤ ਬਰਾੜ ਨਾਮ ਆਊਗਾ ਤੇ ਉੱਥੇ ਮਾਫੀ ਮੰਗਣੀ ਪੈਣੀ ਪੰਥ ਤੋਂ ਫਿਰ ਕਿਉਂਕਿ ਤੂੰ ਗੁਰੂ ਦੇ ਦੁੱਖੀਆਂ ਦੇ ਕੋਲ ਜਾ ਰਿਆਂ ਸਾਨੂੰ ਕੋਈ ਪਰਵਾਹ ਨਹੀਂ ਤੂੰ ਕੀ ਕਰ ਰਿਆਂ ਜਾਂ ਆਪਦੇ ਲਈ ਤੂੰ ਉੱਥੇ ਜਾ ਰਿਆਂ ਵਧਾਉਣ ਪਤਾ ਨਹੀਂ ਕੀ ਮੇਰਾ ਬੜੀ ਗੱਲ ਸੁਣੀ ਜਾਣੀ ਆ ਇੱਕ ਨੇ ਪੋਸਟ ਪਾਈ ਕਹਿੰਦਾ ਕੈਨੇਡਾ ਦਾ ਸਭ ਤੋਂ ਵੱਡਾ ਚੈਨਲ ਆਦਾ ਯਾਰ ਤੁਹਾਡੀ ਤੇ ਖਾਂਜੀਆਂ ਦੀ ਉਹ ਤਾਂ ਹੈ ਗਈ ਆ ਖਾਚ ਜੀ ਤੇ ਸਭ ਤੋਂ ਵੱਡਾ ਚੈਨਲ ਤੇ ਕਹਿੰਦਾ ਜਾ ਰਹੇ ਆ ਤੇ ਹੁਣ ਤਲਵਾੜਿਆ ਸੋਚ ਲਾ ਇਸ ਗੱਲ ਤੇ ਠੀਕ ਆ ਦੂਜੀਆਂ ਤਾਂ ਗੱਲਾਂ ਅਜੇ ਛੱਡ ਦੇ ਤੂੰ ਇਸ ਗੱਲ ਤੇ ਬਾਅਦ ਚ ਸਫਾਈਆਂ ਦਿੰਦੇ ਫਿਰਨਾ ਠੀਕ ਆ ਸਾਨੂੰ ਡਰਾਉਣ ਦੀਆਂ ਕੋਸ਼ਿਸ਼ਾਂ ਨਾ ਕਰੋ ਨਾ ਅਸੀਂ ਕੱਲ ਡਰੇ ਨਾ ਅਸੀਂ ਅੱਜ ਡਰੀਏ ਤੇ ਨਾ ਅਸੀਂ ਆਉਣ ਵਾਲੇ ਸਮੇਂ ਚ ਡਰੀਏ ਗੁਰੂ ਪਾਤਸ਼ਾਹ ਦੀ ਮਿਹਰ ਆ ਦੂਜੀ ਗੱਲ ਜਿਹੜੀ ਵੀ ਇਹਦੇ ਨਾਲ ਖੋਸੇ ਨਾਲ ਗੱਲ ਹੋਈ ਆ ਜਿੰਨੀ ਵੀ ਤੁਹਾਡੇ ਸਾਹਮਣੇ ਆ ਸਾਰਿਆਂ ਦੇ ਉਹ ਵੀਡੀਓਜ਼ ਠੀਕ ਆ ਸਾਰਿਆਂ ਦੇ ਸਾਹਮਣੇ ਆ ਉਹਦੇ ਵਿੱਚ ਇੱਕ ਵੀ ਚੀਜ਼ ਮੈਨੂੰ ਦਿਖਾ ਦਿਓ ਜਿੱਥੇ ਮੈਂ ਖੋਸੇ ਨੂੰ ਕੋਈ ਮਾਂ ਭੈਣ ਦੀ ਗਾਲ ਕੱਢੀ ਹੋਵੇ ਤੁਸੀਂ ਸੁਣੀ ਆ ਨਾ ਇੱਥੇ ਤੁਸੀਂ ਇੱਥੇ ਕਮੈਂਟਾਂ 'ਚ ਦੱਸ ਸਕਦੇ ਹੋ ਖੋਸੇ ਨੇ ਮੈਨੂੰ ਗਾਲ ਕੱਢੀ ਆ ਕਿਉਂਕਿ ਸਾਡਾ ਕਿਰਦਾਰ ਨਹੀਂ ਗਾਲਾਂ ਕੱਢਣ ਵਾਲਾ ਬਲਕਿ ਖੋਸੇ ਨੇ ਮੈਨੂੰ ਕੱਢੀ ਆ ਤੇ ਤੁਸੀਂ ਏਦਾਂ ਏਦਾਂ ਲੋਕਾਂ ਨੂੰ ਦੱਸਦੇ ਪੈਂ ਜੀ ਇਹ ਗਾਲਾਂ ਕੱਢਦੇ ਆ ਸਾਬਤ ਕਰ ਦੋਵੇ ਕੋਈ ਵੀ ਖੋਸੇ ਨੂੰ ਕੋਈ ਗਾਲ ਕੱਢੀ ਹੋਵੇ ਮਾਂ ਭੈਣ ਦੀ ਕੁੱਤੇ ਹਰਾਮੀ ਤੋਂ ਬਿਨਾ ਕਿਉਂਕਿ ਉਹ ਇੰਨੀ ਕੁ ਤਾਂ ਡਿਸਰਵ ਕਰਦੇ ਆ ਨਾ ਇਹ ਗਾਲ ਹੋਉਂਦੀ ਜੇ ਕਿਸੇ ਦੀ ਮਾਂ ਭੈਣ ਨੂੰ ਗਾਲ ਕੱਢੀ ਜਾਵੇ ਚੜਦੀ ਕਲਾ ਵੀਰੇ ਠੀਕ ਆ ਤਹਾਡੀ ਜੋ ਬੇਇਜ਼ਤੀ ਕੱਲੀ ਤੁਸੀਂ ਵੀਡੀਓ ਨਾ ਦੇਖੋ ਕਵਾੜੀਆ ਜੀ ਤੇ ਖੋਸਾ ਜੀ ਕਮੈਂਟ ਪੜੋ ਕਮੈਂਟ ਵੀਡੀਓ ਦੇ ਥੱਲੇ ਕਮੈਂਟ ਪੜੋ ਇੱਕ ਵਾਰੀ ਤੁਹਾਡੀ ਥੱਲੇ ਜੋ ਸੇਵਾ ਹੋ ਰਹੀ ਆ ਨਾ ਕਮੈਂਟਾਂ ਦੇ ਵਿੱਚ ਉਹਦੇ ਤੇ ਨਿਗਾਹ ਮਾਰੋ ਮੜੀ ਜੀ ਤੁਹਾਡੀ ਸੱਚਾਈ ਆ ਜੋ ਪਲੀਜ਼ ਇੱਕ ਵਾਰ ਵੀਡੀਓ ਦੇ ਕਮੈਂਟ ਖੋਲ ਕੇ ਦੇਖੋ ਜੇ ਜੁਰਤ ਪੈ ਰਹੀ ਹੈ ਤੁਹਾਡੀ ਤਾਂ ਹਾਂਜੀ ਨਿੱਜਰ ਸਾਹਿਬ ਉਹਦੇ ਤੇ ਵੀ ਆਪਾਂ ਕਰ ਰਹੇ ਆ ਤੇ ਉਹ ਵੀ ਲਵਾਵਾਂਗੇ ਲਿਆਵਾਂਗੇ ਸਾਰਿਆਂ ਦੇ ਸਾਹਮਣੇ ਕਿਉਂਕਿ ਸਾਡੀਆਂ ਫੇਸਬੁਕਾਂ ਜਿਹੜੀਆਂ ਵਾ ਉਹ ਬੰਦ ਹੋ ਜਾਂਦੀਆਂ ਪੰਜਾਬ ਦੇ ਵਿੱਚ ਮੈਨੂੰ ਨਹੀਂ ਪਤਾ ਅੱਜ ਅੱਜ ਵੀ ਪੰਜਾਬ ਦੇ ਵਿੱਚ ਚੱਲਦੀ ਪਈ ਆ ਜਾਂ ਨਹੀਂ ਚੱਲਦੀ ਪਈ ਠੀਕ ਤਰੀਕੇ ਦੇ ਨਾਲ ਰੀਚ ਘਟਾ ਦਿੱਤੀ ਜਾਂਦੀ ਆ ਠੀਕ ਆ ਤੇ ਤੁਸੀਂ ਪੁਰਾਣੇ ਜਾਣਦੇ ਵੀ ਆਪਾਂ ਨੂੰ ਤੇ ਅਸੀਂ ਜਿਹੜੇ ਆ ਅਸੀਂ ਸੀਗੇ ਹੁਣ ਟਿਕਟੋਕ ਤੇ ਜ਼ਿਆਦਾਤਰ ਉੱਥੇ ਲਾਈਵ ਹੋਈਦਾ ਸੀ ਆ ਹਾਂਜੀ ਵਿੱਕੀ ਬਾਈ ਧੰਨਵਾਦ ਠੀਕ ਆ ਨਹੀਂ ਤੁਸੀਂ ਮੇਰੇ ਨਾਲ ਨਹੀਂ ਮੈਂ ਨਹੀਂ ਕਹਿੰਦਾ ਮੇਰੇ ਤੁਸੀਂ ਵੱਡੇ ਜਾਂ ਛੋਟੇ ਭੈਣ ਭਰਾ ਹੋ ਸਾਰੇ ਜਾਂ ਮੇਰੀਆਂ ਭੈਣਾਂ ਮੇਰੀਆਂ ਧੀਆਂ ਠੀਕ ਆ ਸੱਚ ਦਾ ਸਾਥ ਦੇਣਾ ਸੱਚ ਦਾ ਹਕੀਕਤ ਦਾ ਓਕੇ ਚੱਲ ਰਹੀ ਹੈ ਜੇ ਹੁਣ ਪਤਾ ਨਹੀਂ ਕਿੰਨੇ ਦਿਨ ਚੱਲੂਗੀ ਤੇ ਚਲੋ ਕੋਈ ਨੀ ਨਿਊ ਅਕਾਊਂਟ ਬਣਾ ਲਾਂਗੇ ਹੁਣ ਵਾਪਸੀ ਇਸੇ ਕਰਕੇ ਦੁਬਾਰਾ ਫੇਸਬੁੱਕ ਤੇ ਕੀਤੀ ਆ ਇਸੇ ਕਰਕੇ ਹੁਣ ਸਾਰਿਆਂ ਨੂੰ ਇੰਨਾ ਬਾਰੇ ਪਤਾ ਆ ਵੀ ਇਹ ਕੋਈ ਅੱਜ ਦੇ ਨਹੀਂ ਲੱਗੇ ਹੋਏ ਬੜੀ ਦੇਰ ਦੇ ਇੰਨਾ ਚੀਜ਼ਾਂ ਦੇ ਉੱਪਰ ਇਹ ਚਬਲਾ ਮਾਰਦੇ ਪਏ ਆ ਬੜੀ ਦੇਰ ਦੇ ਭੁੱਖ ਕਾਦੀ ਬਸ ਜੀ ਮੈਨੂੰ ਚੌਧਰ ਨਹੀਂ ਮਿਲੀ ਮੈਂ ਨਹੀਂ ਪ੍ਰਧਾਨ ਬਣਿਆ ਜੇ ਤੁਹਾਨੂੰ ਐਡੀ ਤਕਲੀਫ ਆ ਨਾ ਇੰਜ ਕਰੋ ਉਹਨੇ ਤੁਹਾਡੀਆਂ ਬਾਹਾਂ ਤ ਨਹੀਂ ਫੜੀਆਂ ਠੀਕ ਆ ਜਦੋਂ ਬਾਹਰ ਵੀ ਹੈਗਾ ਸੀ ਭਾਈ ਅਮਰਿਤਪਾਲ ਸਿੰਘ ਠੀਕ ਆ ਬਾਹਰ ਵੀ ਹੈਗਾ ਸੀ ਉਹਨੇ ਤੁਹਾਡੀਆਂ ਬਾਹਾਂ ਫੜੇ ਤੁਸੀਂ ਆਪਦੀ ਜਥੇਬੰਦੀ ਬਣਾ ਕੇ ਤੁਸੀਂ ਕਰ ਲਓ ਕੰਮ ਦੇ ਲਈ ਕੰਮ ਉੱਥੇ ਕਿਹੜਾ ਕੋਈ ਹੈਗਾ ਸੀ ਵੀ ਜੇ ਹੋਰ ਕੋਈ ਜਥੇਬੰਦੀ ਬਣਾਊਗਾ ਤੇ ਜਿਹੜਾ ਉਹਦੇ ਨਾਲ ਆ ਕਰ ਦਿੱਤਾ ਜਾਓ ਤੁਸੀਂ ਜੋ ਕਰ ਦਿੱਤਾ ਜਾਓ ਤੁਸੀਂ ਜਥੇਬੰਦੀ ਬਣਾਓ ਭਾਈ ਕਰੋ ਕੰਮ ਕੌਮ ਦੇ ਲਈ ਪਰ ਨਹੀਂ ਕਰਨਾ ਤੁਸੀਂ ਹਾਲੀ ਬਾਈਕਰ ਜੀ ਕਾਲ ਸਾਹਿਬ ਹੈ ਜੀ ਕਿ ਫੜੇ ਪਾਈ ਸਾਹਿਬ ਨਹੀਂ ਕਰਨਾ ਤੁਸੀਂ ਨਾ ਕਰਨ ਦੇਣਾ ਨਾ ਖੇਡਣਾ ਨਾ ਖੇਡਣ ਦੇਣਾ ਆ ਗੇਮ ਆ ਤੁਹਾਡੀ ਉਦਾਂ ਸਪੀਚਾਂ ਤੇ ਜਾ ਕੇ ਆ ਕਬਾੜੀਆਂ ਜਿਹੜਾ ਤਲਵਾੜਾ ਕਬਾੜੀਆਂ ਜਿਹੜਾ ਚੀਕਾਂ ਮਾਰਨੀਆਂ ਹਾਂ ਕਰ ਦੂਗਾ ਹਾਂ ਕਰ ਦਿੰਨਾ ਹੁਣ ਮੈਂ ਕਰ ਦਿੰਨਾ ਹਾਂ ਫੁਕਰੀਆਂ ਤੁਹਾਡੇ ਪੱਲੇ ਬਸ ਫੁਕਰੀਆਂ ਸਿਰਫ ਬਾਵਾਆਂ ਖੜੀਆਂ ਕਰਕੇ ਐਵੇਂ ਚੀਕਾਂ ਮਾਰੀ ਜਾਣੀਆਂ ਓਕੇ ਜੀ ਅਸੀਂ 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 ਪੰਥ ਦੇ ਜਿਹੜੇ ਆ ਜੀ ਅਸੀਂ ਬੜੇ ਸਾਨੂੰ ਆਉਂਦਾ ਜੀ ਪੰਥ ਦਾ ਪੰਥੀ ਸਾਡੇ ਸਰੋ ਚੱਲਦਾ ਜੀ ਕਿਹੜਾ ਕੰਮ ਕੀਤਾ ਤੁਸੀਂ ਪੰਥ ਦੇ ਲਈ ਪਾਠੀ ਕੁੱਟੇ ਹਾਂ ਜਾਂ ਕਿਸਾਨੀ ਸੰਘਰਸ਼ ਚ ਚੀਕਾਂ ਮਾਰ ਲਈਆਂ ਤਲਵਾੜਿਆ ਹੋਰ ਇਹ ਤੋਂ ਵੱਧ ਕੀ ਤੂੰ ਕੀਤਾ ਹੁਣ ਫੈਸਲਾ ਜਿਹੜਾ ਵਾ ਸੰਗਤ ਨੇ ਕਰਨਾ ਇਸ ਗੱਲ ਦਾ ਠੀਕ ਆ ਬੜਾ ਹੋ ਗਿਆ ਕਿਉਂਕਿ ਇਹ ਲੋਕ ਇਹ ਬੁੱਚੜ ਕਦੀ ਵੀ ਨਹੀਂ ਚਾਹੁੰਦੇ ਕਦੀ ਵੀ ਨਹੀਂ ਚਾਹੁੰਦੇ ਕਿ ਨੌਜਵਾਨੀ ਅੱਗੇ ਆਵੇ ਆ ਦਲਜਿੰਦਰ ਸਿੰਘ ਬਿਲਕੁਲ ਤੁਸੀਂ ਆ ਜਿਹੜਾ ਕਮੈਂਟ ਲਿਖਿਆ ਵਾ ਮੈਂ ਜਿਨ੍ਹਾਂ ਨੇ ਬੇਅਦਬੀਆਂ ਕਰਾਈਆਂ ਅੱਜ ਜੋ ਕੁਝ ਹੋ ਰਿਹਾ ਗੰਦ ਪੈ ਰਿਹਾ ਇਹਨਾਂ ਦਾ ਫਲਾਇਆ ਹੋਇਆ ਜਿਹੜੇ ਅੱਜ ਵੀ ਨਹੀਂ ਹਟੇ ਰੋਜ਼ ਉਹਨਾਂ ਦੀ ਕੁਰਾਨ ਦੀ ਬੇਅਦਬੀ ਕਰਦੇ ਆ ਤੇ ਉਹ ਵੀ ਖੋਤੇ ਜਿਹੜੇ ਆ ਉਸੇ ਤਰ੍ਹਾਂ ਬਾਅਦ ਚ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਰਦੇ ਆ ਘਾਟੋ ਵੀ ਨਹੀਂ ਹਰ ਇਹ ਵੀ ਨਹੀਂ ਰਿਹਾ ਕਿਉਂਕਿ ਇਹਨਾਂ ਨੂੰ ਫਰਕ ਨਹੀਂ ਪੈਂਦਾ ਯਾਰ ਇਹਨਾਂ ਨੂੰ ਕੀ ਗੁਰੂ ਸਾਹਿਬ ਦੇ ਨਾਲ ਕੋਈ ਲੈਣ ਦੇਣੀ ਇਹਨਾਂ ਦਾ ਸੋ ਇਸ ਕਰਕੇ ਸੰਗਤ ਜੀ ਇਹਨਾਂ ਲੋਕਾਂ ਨੂੰ ਪਹਿਚਾਣੋ ਇਹਨਾਂ ਨੂੰ ਪਹਿਚਾਣੋ ਇਹਨਾਂ ਨੂੰ ਨੰਗੇ ਕਰੋ ਅੱਜ ਜੇ ਖੋਸਾ ਉੱਥੇ ਜਾ ਕੇ ਗੱਲ ਕਰਦਾ ਖੋਸਿਆ ਤੈਨੂੰ ਬਾਅਦ ਦੇ ਵਿੱਚ ਕੌਮ ਦੇ ਕੋਲੋਂ ਮਾਫੀ ਮੰਗਣੀ ਪੈਣੀ ਆ ਤੂੰ ਜਿੰਨਾਂ ਦੇ ਲਾਈਵ ਤੇ ਜਾ ਰਿਹਾ ਵਾ ਤੇ ਅਸੀਂ ਸਾਰਾ ਚਿੱਠਾ ਉਹਨਾਂ ਦਾ ਇੱਥੇ ਖੋਲ ਦੇਣਾ ਹੈਗੇ ਇੱਥੇ ਵੀਡੀਓਜ਼ ਪਾ ਦੇਣੀਆਂ ਆ ਅਸੀਂ ਠੀਕ ਆ ਸਾਨੂੰ ਉਹਦਾ ਕੋਈ ਪਰਵਾਹ ਨਹੀਂ ਤੂੰ ਕਿ ਜਿੱਥੇ ਮਰਜੀ ਤੁਰਿਆ ਫਿਰ ਪਰ ਤੂੰ ਆਪਣੇ ਆਪ ਨੂੰ ਪੰਥਕ ਕਹਿਣਾ ਬੜਾ ਸੱਚਾ ਸਿੱਖ ਕਹਿਣਾ ਤੇ ਤੁਰਿਆ ਤੇਰੀਆਂ ਸਾਂਝੇਦਾਰੀਆਂ ਉਹਨਾਂ ਨਾਲ ਜਿਹੜੇ ਪੰਥ ਦੋਖੀ ਆ ਜਿਹੜੇ ਤਨਸ਼ੀਰ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਨੂੰ ਚੈਲੰਜ ਕਰਦੇ ਉਹਨਾਂ ਦੇ ਨਾਲ ਸਾਂਝੇਦਾਰੀਆਂ ਤੇਰੀਆਂ ਖੋਸੇ ਨੇ ਕੱਲ ਟਾਉਟਪੁਣਾ ਕੀਤਾ ਖੋਸੇ ਨੇ ਆਪਦੀ ਦਿਖਾਤੀ ਆ ਜਿਹੜੀ ਆ ਅਕਲ ਬਿਲਕੁਲ ਬਲਜੀਤ ਸਿੰਘ ਜੀ ਇਹਨਾਂ ਲੋਕਾਂ ਨੇ ਬਿਲਕੁਲ ਉੱਥੇ ਹੀ ਜਾਣਾ ਹੁੰਦਾ ਜਿੱਥੇ ਕੋਈ ਇਹਨਾਂ ਨੂੰ ਵਿਰੋਧੀ ਮਿਲ ਗਿਆ ਭਾਉ ਦਾ ਤੇ ਉਹ ਐਡੇ ਕੋ ਵੱਡੇ ਵਿਰੋਧੀ ਆ ਨਾ ਭਾਉ ਦੇ ਠੀਕ ਆ ਬਿਨਾਂ ਗੱਲ ਤੋਂ ਗੰਦੀਆਂ ਮਾਵਾ ਭੈਣਾਂ ਦੀਆਂ ਗਾਲਾਂ ਇੱਥੇ ਰਿਕਾਰਡ ਪਈਆਂ ਮੈਂ ਸੁਣਾ ਨਹੀਂ ਸਕਦਾ ਇਦਾਂ ਜੇ ਕਹੋਗੇ ਤਾਂ ਮੈਂ ਵੀਡੀਓ ਪਾ ਦੂੰਗਾ ਵੀ ਭਾਈ ਸਾਹਿਬ ਦੀ ਮਾਂ ਤਾਂ ਨੂੰ ਕਿਵੇਂ ਗਾਲਾਂ ਕੱਢੀਆਂ ਉਹਨਾਂ ਨੇ ਜਿੰਨਾਂ ਨਾਲ ਅੱਜ ਸਾਂਝੇਦਾਰੀ ਪਾ ਰਿਹਾ ਏ ਤਲਵਾੜਾ ਖਰੇ ਆਮ ਇੱਥੇ ਸਾਰੀ ਟਿਕਟੋਕ ਜਾਣਦੀ ਆ ਸਾਰੀ ਬਿਲਕੁਲ ਉਹ ਭਾਗੀਦਾਰ ਬੇਅਦਬੀਆਂ ਦੇ ਭਾਗੀਦਾਰ ਆ ਬਹੁਤ ਵੱਡੇ ਤੇ ਇਹਨਾਂ ਨੇ ਉਹਨਾਂ ਨਾਲ ਸਟੇਜਾਂ ਸਾਂਝੀਆਂ ਕਰਨੀਆਂ ਇਹਨਾਂ ਨੂੰ ਵੀ ਕੁਝ ਨਹੀਂ ਹੈਗਾ ਬਿਲਕੁਲ ਸਖਵੰਤ ਬਰਾੜ ਇੱਥੇ ਆ ਫੇਸਬੁੱਕ ਤੇ ਆਈਡੀ ਆ ਸਖਵੰਤ ਬਰਾੜ ਗੂੰਹ ਵਾਲਾ ਬੰਬ ਟਿਕਟੋਕ ਤੇ ਉਹਦਾ ਨਾਮ ਆ ਗੂੰਹ ਵਾਲਾ ਬੰਬ ਠੀਕ ਆ ਉਹ ਜਿਹੜਾ ਕੁੱਤਾ ਵਾ ਉਹਦੇ ਨਾਲ ਅੱਜ ਤਲਵਾੜਾ ਗੱਲਬਾਤ ਕਰਨ ਜਾ ਰਿਹਾ ਤੇ ਉਹ ਲੋਕ ਆ ਇਹ ਸਖਵੰਤ ਬਰਾੜ ਹੋਣੀ ਜਿਨ੍ਹਾਂ ਨੇ ਇਹ ਸਾਰਾ ਕੁਝ ਕੀਤਾ ਬੇਅਦਬੀਆਂ ਕਰਾਈਆਂ ਤੇ ਅੱਜ ਵੀ ਹੋ ਰਹੀਆਂ ਦੇਖੋ ਪਤਾ ਕੀ ਗੱਲ ਚਾਹੀ ਇਹਨਾਂ ਨੇ ਹੁਣ ਜਿੰਨਾਂ ਦੀ ਔਕਾਤ ਹੋਵੇ ਨਾ ਜਦੋਂ ਕਹਿੰਦੇ ਨਾ ਵੀ ਜਿਹੜਾ ਛੋਟਾ ਭਾਂਡਾ ਹੁੰਦਾ ਉਛਲਦਾ ਬੜੀ ਜਲਦੀ ਆ ਉਛਲਦਾ ਬਹੁਤ ਜਲਦੀ ਆ ਇਹ ਉਹ ਛੋਟੇ ਭਾਂਡੇ ਆ ਜਿਹੜੇ ਮਿੰਟਾਂ ਦੇ ਵਿੱਚ ਉਛਲ ਜਾਂਦੇ ਆ ਇਹਨਾਂ ਨੂੰ ਇੰਨਾ ਕੋ ਨਿੱਜ ਪਿਆਰਾ ਹੋ ਜਾਂਦਾ ਆਪਣਾ ਨਿੱਜ ਦੇ ਲਈ ਭਾਉ ਦਾ ਵਿਰੋਧ ਕਰਨ ਦੇ ਲਈ ਇਹ ਬੰਦੇ ਅੱਜ ਗੁਰੂ ਦੋਖੀਆਂ ਦੇ ਨਾਲ ਸਟੇਜਾਂ ਸਾਂਝੀਆਂ ਕਰ ਰਹੇ ਆ ਹਾਂਜੀ ਛਾੜ ਦੇਣੀ ਆਪਾਂ ਵੀਡੀਓ ਛਾੜ ਦੇਣੀਆਂ ਵਾ ਇੱਥੇ ਵੀ ਛਾੜ ਦੇਣੀਆਂ ਵਾ ਠੀਕ ਆ ਉਹ ਵੀ ਆਪਾਂ ਛਾੜ ਦੇਣੀਆਂ ਵਾ ਵੇਟ ਕਰੋ ਤੁਹਾਡਾ ਉਹ ਵੀ ਵੀਡੀਓ ਸਾਰੀਆਂ ਪਾ ਦੇਣੀਆਂ ਕਿਵੇਂ ਕਿਵੇਂ ਹੋਇਆ ਕਿਵੇਂ ਸ਼ੁਰੂਆਤ ਹੋਈ ਗਰੂਮਿੰਗ ਦੀ ਗੱਲ ਤੋਂ ਕਿਵੇਂ ਇਹ ਬੇਅਦਬੀਆਂ ਤੱਕ ਲੈ ਕੇ ਗਏ ਜਿਨ੍ਹਾਂ ਨੇ ਸਖਵੰਤ ਬਰਾੜ ਉਹ ਆ ਨੋਟ ਕਰਿਓ ਸਖਵੰਤ ਬਰਾੜ ਉਹ ਆ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦਾ ਝੂਠਾ ਫਰਜੀ ਲੈਟਰ ਬਣਾਇਆ ਤੇ ਇੱਕ ਇਹਨਾਂ ਦਾ ਦੋਸਤ ਹੀਗਾ ਚਵਲ ਜਿਹਨੂੰ ਮਾਫੀ ਦਿੱਤੀ ਫਰਜੀ ਲੈਟਰ ਬਣਾ ਕੇ ਤੇ ਉਹ ਦੋਸ਼ੀ ਪਤਾ ਕਿਹੜੀ ਗੱਲ ਦਾ ਸੀ ਉਸ ਬੰਦੇ ਨੇ ਸੰਤ ਜਨ ਐਸ ਸਿੰਘ ਖਾਲਸਾ ਭਿੰਡਰਾ ਵਾਲਿਆਂ ਦੀ ਫੋਟੋ ਦੇ ਉੱਪਰ ਜਿਹੜਾ ਹੁਣ ਮੈਂ ਕਹਿ ਨਹੀਂ ਸਕਦਾ ਯਾਰ ਮੇਰੇ ਮੂੰਹੋਂ ਉਹ ਸ਼ਬਦ ਨਹੀਂ ਨਿਕਲਦੇ ਟਾਇਲਟ 'ਚ ਸੱਟ ਕੇ ਤੇ ਹਰਕਤ ਕੀਤੀ ਸੀ ਤੇ ਉਸ ਬੰਦੇ ਨੂੰ ਇਹਨਾਂ ਨੇ ਝੂਠਾ ਲੈਟਰ ਬਣਾ ਕੇ ਪੋਸਟ ਪਾ ਕੇ ਮਾਫੀ ਦਵਾਤੀ ਆਪਦੇ ਕੋਲੇ ਜਦੋਂ ਅਕਾਲ ਤੱਕ ਸਭ ਤੋਂ ਜਦੋਂ ਹੁਕਮ ਆਇਆ ਇਸ ਗੱਲ ਦਾ ਕਿ ਜਿਹੜੀਆਂ ਇਹ ਬੇਆਦਬੀਆਂ ਹੋ ਰਹੀਆਂ ਇਹ ਜਿਹੜੀਆਂ ਫਰਜੀ ਆਈਡੀਆਂ ਜਿਨ੍ਹਾਂ ਦੀਆਂ ਸ਼ਕਲਾਂ ਨਹੀਂ ਕੁਝ ਨਹੀਂ ਤੇ ਇਹਨਾਂ ਨੂੰ ਜਿਹੜਾ ਵਾ ਇਹਨਾਂ ਦਾ ਬਾਈਕਾਟ ਕੀਤਾ ਜਾਵੇ ਇਹ ਬੇਆਦਬੀਆਂ ਰੋਕੀਆਂ ਜਾਣ ਤੇ ਇਹਨਾਂ ਨੂੰ ਸਾਰਿਆਂ ਨੂੰ ਜਿਹੜਾ ਨੱਥ ਪਾਈ ਜਾਵੇ ਤਾਂ ਇਹਨਾਂ ਨੇ ਸਭ ਤੋਂ ਪਹਿਲਾਂ ਜਿਹੜੀਆਂ ਬਾਤ ਦੇ ਵਿੱਚ ਗਾਲਾਂ ਕੱਢੀਆਂ ਜਿੱਥੇ ਦਾ ਸਾਨੂੰ ਛੀਨਾਗਰਿਆਲ ਹਾਂਜੀ ਛੀਨੇਗਰਿਆਲ ਦੀ ਗੱਲ ਕਰਦੇ ਨੇ ਇਹਨਾਂ ਨੇ ਗਾਲਾਂ ਕੱਢੀਆਂ ਅਸੀਂ ਨਹੀਂ ਮੰਨਦੇ ਇਹ ਕੌਣ ਹੁੰਦੇ ਆ ਸਾਨੂੰ ਹੁਕਮ ਦੇਣ ਵਾਲੇ ਮਤਲਬ ਕੀ ਅਕਾਲ ਤਖਤ ਸਾਹਿਬ ਦਾ ਹੁਕਮ ਇਹਨਾਂ ਦੀ ਕੁਝ ਨਹੀਂ ਖਿੱਲੀਆਂ ਅਡਾਉਣੇ ਝੂਠੀਆਂ ਲੈਟਰਾਂ ਬਣਾਉਣੇ ਅਕਾਲ ਤਖਤ ਸਾਹਿਬ ਦੀਆਂ ਕੋਈ ਨਹੀਂ ਇਹਨਾਂ ਨੂੰ ਕੋਈ ਨਹੀਂ ਪੁੱਛਣ ਵਾਲਾ ਇਹਨਾਂ ਨੂੰ ਪਰ ਪੁੱਤ ਐ ਕਿ ਗਲਤ ਥਾਂ ਤੇ ਪੰਗਾ ਲੈ ਲਿਆ ਤੁਸੀਂ ਹੁਣ ਜਿਹੜੇ ਤਾਂ ਆ ਦਵਿੰਦਰ ਸਿੰਘ ਅੱਗੇ ਵੀਰ ਹੋਰ ਜਿਹੜੇ ਆ ਇੱਥੇ ਮੈਂ ਇਹਨਾਂ ਨੂੰ ਪਹਿਲਾਂ ਨਹੀਂ ਜਾਣਦਾ ਹਨਾ ਇੱਥੇ ਆਏ ਆ ਵੀਰ ਮੈਨੂੰ ਲੱਗਦਾ ਕਿ ਇਹ ਟਿਕਟੌਕ ਤੇ ਵੀ ਐਕਟਿਵ ਨੇ ਇਹ ਤੁਹਾਡੇ ਸਾਹਮਣੇ ਆ ਦੱਸ ਰਹੇ ਸਾਰਾ ਕੁਝ ਕਮੈਂਟਾਂ ਦੇ ਵਿੱਚ ਵੀ ਕਮੈਂਟਾਂ ਦੇ ਵਿੱਚ ਹਾਂਜੀ ਖਾਲਸਾ ਜੀ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਦੀ ਫਤਿਹ ਗਰਚਨ ਸਿੰਘ ਜੀ ਆ ਸਾਡੇ ਖਾਲਸਾ ਜੀ ਆ ਹਨ ਇਹਨਾਂ ਦੀ ਮੈਨੂੰ ਲੱਗਦਾ 60 ਤੋਂ 70 ਸਾਲ ਦੇ ਵਿੱਚ ਏਜ ਹੋਣੀ ਆ ਤੇ ਇਹ ਵੀ ਟਿਕਟੋਕ ਤੇ ਹੈਗੇ ਆ ਇਹਨਾਂ ਦੇ ਮੂੰਹ ਤੁਸੀਂ ਸੁਣ ਲਿਓ ਇਹਨਾਂ ਦੇ ਮੂੰਹ ਹੀ ਸੁਣ ਲਿਓ ਤੁਸੀਂ ਵੀ ਇਹਨਾਂ ਨੇ ਕੀ ਕੀਤਾ ਕੀ ਹਰਕਤਾਂ ਕੀਤੀਆਂ ਕਸਤੀ ਕਰਦੀ ਹੈ ਆਇਆ ਉਹ ਫਿਰ ਇਦਾਂ ਕਰਨ ਲੱਪੇਂਦੇ ਆ ਨਾ ਫਿਰ ਇਦਾਂ ਹਰ ਲੱਤ ਉੱਪਰ ਕਰਨ ਦੇ ਲਈ ਫਿਰ ਮੈਸੇਜ ਵੀ ਕਰਾਉਂਦੇ ਆ ਸਾਰਾ ਕੁਝ ਕਰਾਉਂਦੇ ਆ ਸੰਗਤ ਜੀ ਅਜੇ ਸਿਰਫ ਇਹਨਾਂ ਨੂੰ ਅਜੇ ਸ਼ੁਰੂਆਤ ਹੀ ਕੀਤੀ ਆ ਠੀਕ ਆ ਸ਼ੁਰੂਆਤ ਕੀਤੀ ਇਹਨਾਂ ਨੂੰ ਖੋਲਣਾ ਅਜੇ ਸ਼ੁਰੂ ਕੀਤਾ ਬੜਾ ਕੁਝ ਨਿਕਲਣਾ ਵਾ ਬੜਾ ਕੁਝ ਅਸੀਂ ਚਾਹੁੰਦੇ ਸੀ ਚੱਲ ਕੋਈ ਨਹੀਂ ਪਰ ਇਹਨਾਂ ਨੇ ਹੱਦ ਮੁਕਾਤੀ ਯਾਰ ਕਿਸੇ ਬੰਦੇ ਦੇ ਉੱਪਰ ਸਿੱਧਾ ਕਤਲ ਦੀਆਂ ਜਿਹੜੀਆਂ ਗੱਲਾਂ ਕਰਨੀਆਂ ਤੇ ਕੇਸ ਪਾਉਣੇ ਕੋਈ ਪ੍ਰੂਫ ਨਹੀਂ ਇਹਨਾਂ ਦੇ ਕੋਲ ਕੁਝ ਨਹੀਂ ਇਦਾਂ ਦਾ ਸਿਰਫ ਮੂੰਹ ਦੇ ਨਾਲ ਕਹਿ ਦੇਣਾ ਉਸੇ ਚੀਜ਼ ਦੇ ਵਿੱਚ ਮੈਨੂੰ ਕੀਤਾ ਗਿਆ ਕਿਉਂਕਿ ਮੈਂ ਖੋਸੇ ਦੀ ਲਈ ਆ ਤੇ ਖੋਸਾ ਜੀ ਹੋਣਾ ਨੇ ਜਾ ਕੇ ਮੇਰੇ ਤੇ ਵੀ ਕੇਸ ਕਰਾ ਦਿੱਤਾ ਓ ਖੋਤਿਆ ਤੈਨੂੰ ਕੀ ਲੱਗਦਾ ਮੈਂ ਡਰਦਾ ਹੋਊਂਗਾ ਮੈਂ ਪਿਛਲੇ 8 ਸਾਲ ਤੋਂ ਖਾਲਸਤਾਨ ਦੀ ਗੱਲ ਕਰਦਾ ਆ ਰਿਆਂ ਆਖਰੀ ਸਾਹ ਤੱਕ ਕਰਾਂਗੇ ਠੀਕ ਆ ਇਹਨਾਂ ਗਵਰਨਮੈਂਟਾਂ ਨੇ ਯੋਰ ਲਾ ਲਿਆ ਝਕਾਉਣ ਤੇ ਝੁਕੇ ਨਹੀਂ ਇਹ ਕੋਈ ਮੇਰੀ ਨਹੀਂ ਇਹ ਗੁਰੂ ਪਾਤਸ਼ਾਹ ਦੀ ਮਿਹਰ ਆ ਮੈਂ ਕੁਛ ਨਹੀਂ ਝੁਕੇ ਨਹੀਂ ਤੇ ਤੂੰ ਚਵਲਾ ਤੂੰ ਸਾਨੂੰ ਝੁਕਾ ਲੇਗਾ ਹਾਂ ਤੇਰੀ ਇੱਕ ਰਿਪੋਰਟ ਜੀ ਸਾਨੂੰ ਡਰਾ ਲੂਗੀ ਕਰ ਲਓ ਜੋ ਕਰਨਾ ਤੁਸੀਂ ਫੈਮਲੀ ਦਾ ਆਈ ਡੋਂਟ ਕੇਅਰ ਬ੍ਰੋ ਕਿ ਤੁਸੀਂ ਸਾਨੂੰ ਹਟਾ ਲੋਗੇ ਬੋਲਣੋਂ ਇ ਤਾਂ ਜਾਂ ਤੁਹਾਡੇ ਇਸ ਹਿੰਦੁਸਤਾਨ ਨੇ ਪਹਿਲਾਂ ਹਟਾ ਲਿਆ ਸਾਨੂੰ ਬੋਲਣੋਂ ਬੋਲ ਦੁਨੀਆਂ ਕਰਵਾਉਣਾ ਤੁਸੀਂ ਤੁਹਾਨੂੰ ਮੈਂ ਨੰਗਾ ਕਰੂੰ ਹੁਣ ਚੰਗੀ ਤਰ੍ਹਾਂ ਦੇਖ ਆ ਇਹਦੇ ਇਹਨਾ ਦਲਜਿੰਦਰ ਸਿੰਘ ਫੇਸਬੁੱਕ ਵਾਲੇ ਵੀਰਾਂ ਭਰਾਵਾਂ ਨੂੰ ਭੈਣਾਂ ਨੂੰ ਖਾਸ ਕਰਕੇ ਪੰਜਾਬ ਵਾਲਿਆਂ ਨੂੰ ਪਤਾ ਨਹੀਂਗਾ ਵੀ ਇਹ ਕੀ ਕੁਝ ਹੋਇਆ ਵਾ ਹਨਾ ਕਿਉਂਕਿ ਟਿਕਟੌਕ ਚੱਲਦੀ ਨਹੀਂ ਉੱਥੇ ਪੰਜਾਬ ਦੇ ਵਿੱਚ ਤੇ ਕਿਵੇਂ ਇਹਨਾਂ ਨੇ ਉੱਥੇ ਜਾ ਕੇ ਗੰਦ ਪਾਇਆ ਇਹਨਾਂ ਨੇ ਅਜੇ ਤੱਕ ਜਿਹੜਾ ਪਾਉਂਦੇ ਆ ਰਹੇ ਆ ਤੇ ਕਿਵੇਂ ਇਹਨਾਂ ਨੇ ਫੇਕ ਆਈਡੀਆਂ ਵੀ ਬਣਾਈਆਂ ਹੋਈਆਂ ਕਿਸੇ ਦਾ ਫੇਸ ਨਹੀਂ ਸਾਹਮਣੇ ਆ ਸਿੰਘ ਗਿੱਲ ਬਣਿਆ ਫਿਰਦਾ ਜਿਹੜਾ ਪਤਾ ਹੀ ਨਹੀਂ ਇਹ ਕੌਣ ਹੈਗੇ ਕੌਣ ਨਹੀਂ ਆਪਣੇ ਆਪ ਨੂੰ ਸਿੱਖ ਕਹਿ ਕੇ ਉਹਨਾਂ ਦੀ ਕੁਰਾਨ ਦੀ ਬੇਅਦਬੀ ਕਰਦੇ ਆ ਤੇ ਉਹ ਚवळ ਅੱਗੋਂ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਚ ਬੇਅਦਬੀ ਕਰਦੇ ਆ ਆ ਕਹਾਤਾ ਖੋਲਣਾਗੇ ਹੌਲੀ ਹੌਲੀ ਸਾਰਾ ਕੁਝ ਮੈਂ ਅੱਜ ਵਾਦਾ ਕੀਤਾ ਸੀ ਤੁਹਾਡੇ ਨਾਲ ਕਿ ਅੱਜ ਆਵਾਂਗੇ ਲਾਈਵ ਆ ਟਾਈਮ ਤਾਂ ਅਜੇ ਹੈਗਾ ਸੀ ਪਰ ਮੈਂ ਬਾਅਦ ਦੇ ਵਿੱਚ ਹੋ ਜਾਣਾ ਬਿਜ਼ੀ ਮੈਂ ਤਾਂ ਇਸ ਕਰਕੇ ਅ ਅੱਧਾ ਪੌਣਾ ਘੰਟਾ ਅਰਲੀ ਆ ਗਿਆ ਆਪਣੇ ਟਾਈਮ ਤੋਂ ਕੀ ਦੇ ਬਾਰੇ ਵੀਰੇ ਦੱਸੀ ਹਾਂ ਸਾਰੇ ਖੋਲਣੇ ਆ ਸਾਰੇ ਦੱਸਾਂਗੇ ਇੱਕ ਇੱਕ ਚੀਜ਼ ਦੱਸਾਂਗੇ ਇੱਕ ਇੱਕ ਚੀਜ਼ ਦੱਸਾਂਗੇ ਤਦ ਵਿੱਚ ਆ ਤਲਵਾੜਿਆ ਅੱਜ ਬੈਹ ਉਹਨਾਂ ਦੀ ਲਾਈਵ ਤੇ ਤੇ ਵੇਖੀ ਤੈਨੂੰ ਫਿਰ ਟੈਗ ਵੀ ਕੀ ਮਿਲਦਾ ਤੇ ਥੱਲੇ ਕਮੈਂਟ ਪੜ੍ਹ ਲਈ ਤਖੋਸਾ ਸਾਹਿਬ ਥੱਲੇ ਕਮੈਂਟ ਪੜਿਓ ਵੀਡੀਓਜ਼ ਤੇ ਨੇਹਾਂ ਨੇਹਾਂ ਕੇ ਕਿਹੜਾ ਜੀ ਕਮੈਂਟ ਪੜਿਓ ਖੁਸਾ ਸਾਹਿਬ ਥੱਲੇ